ਪਿੰਡ ਵਾਲਾ ਸਕੂਲ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼ ਜਿहां ਰੀਸੈਂਟਲੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਟ੍ਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ ਫਰਾਈਡੇ ਫਨ ਰੈਕੈਟਸ ਦੇ ਆਫੀਸ਼ੀਅਲ YouTube ਚੈਨਲ ਦੇ ਉਤੇ ਵੈਲ ਇਸ ਟ੍ਰੇਲਰ ਨੂੰ ਲੋਕਾਂ ਦਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇਸ ਟ੍ਰੇਲਰ ਨੂੰ ਜੋ ਕਿ ਹੈ ਪਿੰਡ ਵਾਲਾ ਸਕੂਲ ਤੇ ਉਥੇ ਹੀ ਹੁਣ ਜੇਕਰ ਅਸੀਂ ਗੱਲ ਕਰੀਏ ਪਿੰਡ ਵਾਲਾ ਸਕੂਲ ਫਿਲਮ ਦੇ ਕ੍ਰੈਡਿਟਸ ਦੀ ਤੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਪ੍ਰੀਤ ਹਰਪਾਲ ਤੇ ਹਰਸਿਮਰਨ ਓਬਰਾਏ ਮੇਨ ਲੀਡ ਪਲੇ ਕਰਦੇ ਹੋਏ ਜਿहां ਪ੍ਰੀ ਧਰਪਾਲ ਤੇ ਹਰਸਿਮਰਨ ਓਬਰਾਏ ਸਾਨੂੰ ਮੇਨ ਲੀਡ ਪਲੇ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ ਇਸ ਫਿਲਮ ਦੇ ਵਿੱਚ ਮਲੇ ਇਸ ਤੋਂ ਇਲਾਵਾ ਸਾਨੂੰ ਫਿਲਮ ਦੇ ਵਿੱਚ ਪਦਮਸ਼ਰੀ ਮੈਡਮ ਨਿਰਮਲ ਕੌਰ ਰਿਸ਼ੀ ਗੋਲੂ ਮਾਝੇ ਵਾਲਾ ਗੁਰਤੇਜ ਗੁਰੀ ਮਿਸਟੀ ਕੌਰ ਸੰਜੂ ਸਲੰਕੀ ਮਲਕੀਤ ਰੌਣੀ ਰਵਿੰਦਰ ਮੰਡ ਰਣਦੀਪ ਪੰਗੂ ਫਤੇਸਿਆ ਟਾਟਾ ਬੈਨੀਪਾਲ ਬੰਟੀ ਢਿੱਲੋਂ ਮਨੂ ਭਰਦਵਾਜ ਮਲਕੀਤ ਮਲੰਗਾ ਕਰਮਾਪੁਰ ਹਨੀ ਸ਼ੇਰਗਿੱਲ ਸਤਵੀਰ ਕੌਰ ਤੇ ਵੀਰ ਸੈਮਰਾ ਵਰਗੇ ਕਈ ਆਰਟਿਸਟ ਨਜ਼ਰ ਆਉਣ ਵਾਲੇ ਨੇ ਦੱਸ ਜੀਏ ਕਿ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਫਤੇ ਦੇ ਵੱਲੋਂ ਤੇ ਜੇਕਰ ਪਿੰਡ ਵਾਲਾ ਸਕੂਲ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤੇ ਇਸ ਫਿਲਮ ਦੀ ਕਹਾਣੀ ਨੂੰ ਫਿਲਮ ਡਾਇਰੈਕਟਰ ਐਂਡ ਰਾਈਟਰ ਤਾਜ ਦੇ ਵੱਲੋਂ ਲਿਖਿਆ ਗਿਆ ਬਲ ਤਾਜ ਦੀਆਂ ਕਹਾਣੀਆਂ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਆਉਂਦੀਆਂ ਨੇ ਤੇ ਨਾਲ ਹੀ ਇਹਨਾਂ ਦੀਆਂ ਕਹਾਣੀਆਂ ਕਾਫੀ ਜ਼ਿਆਦਾ ਯੂਨੀਕ ਤੇ ਡਿਫਰੈਂਟ ਵੀ ਹੁੰਦੀਆਂ ਨੇ ਦੱਸ ਜੀਏ ਕਿ ਇਸ ਫਿਲਮ ਦੇ ਵਿੱਚ ਵੀ ਕਜੇ ਹੀ ਡਿਫਰੈਂਟ ਕਹਾਣੀ ਹੈ ਜੋ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਪਿੰਡ ਦਾ ਇੱਕ ਸਰਕਾਰੀ ਸਕੂਲ ਜਿਸ ਨੂੰ ਬੰਦ ਕਰਨ ਦੀ ਸਲਾਹ ਬਣਾਈ ਜਾ ਰਹੀ ਹੈ ਕਿਉਂਕਿ ਉਸ ਦੇ ਵਿੱਚ ਬੱਚਿਆਂ ਦੀ ਜੜੀ ਗਿਣਤੀ ਹੈ ਉਹ ਘੱਟ ਹੈ ਤੇ ਇਸ ਸਕੂਲ ਨੂੰ ਬੰਦ ਕਰਕੇ ਦੂਸਰੇ ਪਿੰਡ ਦੇ ਸਕੂਲ ਨਾਲ ਮਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਫੀਸ਼ੀਅਲਸ ਦੇ ਵੱਲੋਂ ਲੇਕਿਨ ਇਸ ਸਕੂਲ ਦਾ ਇੱਕ ਮਾਸਟਰ ਹੈ ਜੋ ਕਿ ਨਹੀਂ ਚਾਹੁੰਦਾ ਕਿ ਇਸ ਸਕੂਲ ਨੂੰ ਬੰਦ ਕੀਤਾ ਜਾਵੇ ਤੇ ਉਹ ਬਹੁਤ ਜ਼ਿਆਦਾ ਸਟਰਗਲਸ ਵੀ ਕਰਦਾ ਹੈ ਉਹਦਾ ਜਿਹੜਾ ਸਟਰਗਲ ਹੈ ਸਾਨੂੰ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ ਤੇ ਨਾਲ ਹੀ ਇੱਕ ਬੜਾ ਇੰਪੋਰਟੈਂਟ ਇਸ਼ੂ ਚੱਕਿਆ ਗਿਆ ਹੈ ਕਿ ਆਪਣੇ ਜਿਹੜੇ ਪੰਜਾਬ ਦੇ ਸਟੂਡੈਂਟਸ ਨੇ ਜੋ ਬੱਚੇ ਨੇ ਉਹ ਸਰਕਾਰੀ ਸਕੂਲਾਂ ਨਾਲੋਂ ਵੱਧ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਟੱਡੀ ਕਰਦੇ ਨੇ ਜਿੱਥੇ ਪੜ੍ਹਨਾ ਕਾਫੀ ਜ਼ਿਆਦਾ ਐਕਸਪੈਂਸਿਵ ਵੀ ਹੁੰਦਾ ਲੇਕਿਨ ਸਰਕਾਰੀ ਸਕੂਲਾਂ ਦੇ ਵਿੱਚ ਵੀ ਕਾਫੀ ਚੰਗੀ ਐਜੂਕੇਸ਼ਨ ਹੈ ਕਾਫੀ ਚੰਗੇ ਟੀਚਰਸ ਨੇ ਇਹ ਉਹ ਟੀਚਰ ਇਸ ਫਿਲਮ ਦੇ ਵਿੱਚ ਅਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਵੀ ਸਰਕਾਰੀ ਨੌਕਰੀ ਇਸ ਸਰਕਾਰੀ ਸਕੂਲ ਚੋਂ ਪੜ੍ਹ ਕੇ ਹੀ ਹਾਸਲ ਕੀਤੀ ਹੈ ਸੋ ਹੁਣ ਵੇਖਦੇ ਹਾਂ ਕਿ ਇਸ ਫਿਲਮ ਦੇ ਵਿੱਚ ਉਹ ਮਾਸਟਰ ਜੋ ਕਿ ਪ੍ਰੀਤ ਹਰਪਾਲ ਦੇ ਵੱਲੋਂ ਪਲੇ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਫੀਮੇਲ ਟੀਚਰ ਨੇ ਹਰ ਸਿਮਰਨ ਨੌਬਰਾਏ ਉਹਨ ਵੇਖਦੇ ਆ ਕਿ ਇਹਨਾਂ ਦੇ ਸਟਰਗਲਸ ਰੰਗ ਲੈ ਕੇ ਆਉਂਦੇ ਨੇ ਜਾਂ ਫਿਰ ਨਹੀਂ ਤੇ ਉਹ ਕਿਵੇਂ ਆਪਣੇ ਸਕੂਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਅਜਿਹੀ ਏ ਕਹਾਣੀ ਹੈ ਜੋ ਕਿ ਤਾਜ ਦੇ ਵੱਲੋਂ ਲਿਖੀ ਗਈ ਹੈ ਇਸ ਫਿਲਮ ਦੇ ਪ੍ਰੋਡਿਊਸਰ ਨੇ ਤੇਜਿੰਦਰ ਸਿੰਘ ਯਾਨੀ ਕਿ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਫਰਾਈਡੇ ਫਨ ਰੈਕੈਟਸ ਸੋ ਫਰਾਈਡੇ ਫਨ ਰੈਕੈਟਸ ਦੇ ਬੈਨਰ ਹੇਟ 3 ਮਈ 2024 ਯਾਨੀ ਕਿ ਅਗਲੇ ਮਹੀਨੇ 3 ਤਰੀਕ ਨੂੰ ਫਿਲਮ ਸਿਨੇਮਾ ਕਰੰਚ ਦਸਤਕ ਦੇਣ ਵਾਲੀ ਹੈ ਪਿੰਡ ਵਾਲਾ ਸਕੂਲ ਲਈ ਕਿੰਨੇ ਐਕਸਾਈਟਡ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਟ੍ਰੇਲਰ ਆਲਰੇਡੀ ਵੇਖ ਚੁੱਕੇ ਹੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਟ੍ਰੇਲਰ ਕਿ ਹੋਇਆ ਲੱਗਿਆ ਜੇਕਰ ਹਾਲੇ ਤੱਕ ਨਹੀਂ ਵੇਖਿਆ ਤੇ ਜ਼ਰੂਰ ਵੇਖੋ ਫਰਾਈਡੇ ਫਨ ਰੈਕਟਸ ਦੇ ਅਫੀਸ਼ੀਅਲ YouTube ਚੈਨਲ ਤੇ ਜਾ ਕੇ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਪਸੇ ਨਹੀਂ ਇਸ ਤੋਂ ਇਲਾਵਾ ਪੋਲੀਵੁੱਡ ਦੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ